ਜਕਾਰਾ ਪਾਉਣਾ ਹਰੀ ਬਾਬਾ ਜੀ ਦਾ ਓ ਸੱਚੇ ਦਰਬਾਰ ਕੀ ਜੈ ਜਕਾਰਾ ਦੂਦਾ ਤਰੀ ਬਾਬਾ ਜੀ ਦਾ ਓ ਸੱਚੇ ਦਰਬਾਰ ਕੀ ਜੈ ਇੱਕ ਸਮੇਂ ਸਾਨੂੰ ਇੰਗਲੈਂਡ ਜਾਣਾ ਪਿਆ ਬਹੁਤ ਪੁਰਾਣੀ ਗੱਲ ਆ ਬਾਬਾ ਜੀ ਦੇ ਰੰਗ ਕੁਦਰਤ ਖੇਲ ਰਚਾਇਆ ਬਾਬਾ ਜੀ ਨੇ ਕਿਹਾ ਕਿ ਜਦੋਂ ਜਦੋਂ ਵੀ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਓਗੇ ਅਸੀਂ ਤੁਹਾਡੀ ਟਿਕਟ ਦਾ ਇੰਤਜ਼ਾਮ ਕਰਾਂਗੇ ਅਤੇ ਸਾਨੂੰ ਇੱਦਾਂ ਹੀ ਸਮੇਂ ਸਮੇਂ ਅਨੁਸਾਰ ਬਾਬਾ ਜੀ ਬਾਹਰ ਭੇਜਦੇ ਰਹੇ ਜਦੋਂ ਅਸੀਂ ਇੰਗਲੈਂਡ ਜਾ ਕੇ ਉਤਰੇ ਤਾਂ ਸਾਰੇ ਭਗਤਾਂ ਨੂੰ ਪਤਾ ਲੱਗ ਗਿਆ ਕਿ ਜੋਗੀ ਭਾਅ ਜੀ ਆ ਗਏ ਹੈ ਨਾ ਜਿੱਦਾਂ ਹੀ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਸਾਰਿਆਂ ਨੂੰ ਮੈਸੇਜ ਚਲਾ ਗਿਆ ਇੱਕ ਦੂਸਰੇ ਨੂੰ ਸਾਰੇ ਭਗਤ ਹੀ ਦੱਸ ਦਿੰਦੇ ਆ ਪਰ ਸਾਨੂੰ ਨਹੀਂ ਪਤਾ ਹੁੰਦਾ ਇੱਕ ਦੂਸਰੇ ਨੂੰ ਸਾਰੇ ਭਗਤ ਮੈਸੇਜ ਦਿੰਦੇ ਕਿ ਭਾਅ ਜੀ ਆ ਗਏ ਭਾਅ ਜੀ ਆ ਗਏ ਇੱਦਾਂ ਹੀ ਇੱਕ ਇੰਗਲੈਂਡ ਦੇ ਵਿੱਚ ਇੱਕ ਲੜਕੀ ਆ ਛੋਟੀ ਜਿਹੀ ਉਹਦਾ ਡੈਡੀ ਹੈ ਨਹੀਂ ਗਾ ਅਤੇ ਉਹ ਆਪਣੀ ਮਾਂ ਨੂੰ ਪੁੱਛਦੀ ਆ ਕਿ ਮੰਮੀ ਕਿ ਮੇਰਾ ਡੈਡੀ ਕਿੱਥੇ ਆ ਅਤੇ ਉਸ ਦੀ ਮਾਂ ਨੇ ਕਿਹਾ ਕਿ ਮੈਂ ਤੈਨੂੰ ਕੁਛ ਨਹੀਂ ਦੱਸਣਾ ਜਿਹੜੇ ਜੋਗੀ ਭਾਅ ਜੀ ਇਸ ਲੇਦਨ ਧਾਮ ਵਾਲੇ ਉਹੀ ਤੇਰੇ ਪਿਤਾ ਆ ਤੂੰ ਅੱਜ ਤੋਂ ਉਹਨਾਂ ਨੂੰ ਡੈਡੀ ਸਮਝਣਾ ਸਮਾਂ ਪਿਆ ਜਿੱਦਾਂ ਉਹਨਾਂ ਦੇ ਆਪਸ ਵਿੱਚ ਹੀ ਗੱਲਾਂ ਹੁੰਦੀਆਂ ਰਹਿਣੀਆਂ ਰੋਜ਼ ਹੀ ਉਹਦੀ ਬੇਟੀ ਨੇ ਕਹਿਣਾ ਕਿ ਸਾਰਿਆਂ ਦੇ ਡੈਡੀ ਜਿਹੜੇ ਆ ਸਕੂਲ ਛੱਡਣ ਜਾਂਦੇ ਆ ਪਰ ਮੇਰਾ ਡੈਡੀ ਕਿਉਂ ਨਹੀਂ ਜਾਂਦਾ ਹੈ ਨਾ ਮੇਰਾ ਡੈਡੀ ਕਿੱਥੇ ਆ ਉਹਦੀ ਮਾਂ ਨੇ ਫਿਰ ਉਹਨੂੰ ਕਹਿ ਦੇਣਾ ਕਿ ਤੂੰ ਇੱਦਾਂ ਨਾ ਸੋਚਿਆ ਕਿ ਤੇਰੇ ਡੈਡੀ ਜਿਹੜੇ ਹੈ ਨਾ ਜੋਗੀ ਭਾਅ ਜੀ ਆ ਅਤੇ ਉਹ ਇੱਕ ਦੋ ਵਾਰੀ ਆਪਣੀ ਲੜਕੀ ਨੂੰ ਬੇਟੀ ਨੂੰ ਲੈ ਕੇ ਸਲੇਰਨ ਧਾਮ ਵੀ ਮੱਥਾ ਟੇਕ ਗਏ ਸੀ ਸਮਾਂ ਪਿਆ ਬਾਬਾ ਜੀ ਨੇ ਲੀਲਾ ਰਚਾ ਤੀ ਹੁਣ ਅਸੀਂ ਵੀ ਇੰਗਲੈਂਡ ਜਾ ਚੁੱਕੇ ਹਾਂ ਸਾਡਾ ਰੂਪ ਧਾਰਨ ਕਰਕੇ ਇੱਕ ਦਿਨ ਬਾਬਾ ਬਾਲਕਨਾਥ ਜੀ ਉਸ ਲੜਕੀ ਦੇ ਸੁਪਨੇ ਵਿੱਚ ਜਾਂਦੇ ਆ ਅਤੇ ਸੁਪਨੇ ਵਿੱਚ ਆਪਣੇ ਸਕੂਲ ਜਾ ਰਹੀ ਆ ਅਤੇ ਉਹ ਕਹਿੰਦੀ ਆ ਹੁਣ ਬਾਬਾ ਜੀ ਆ ਸਾਡਾ ਰੂਪ ਧਾਰਨ ਕਰ ਲੈਣਾ ਬਾਬਾ ਜੀ ਨੇ ਅਤੇ ਉਹ ਕਹਿੰਦੀ ਜੋਗੀ ਪਾਪਾ ਮੇਰੇ ਸੁਪਨੇ 'ਚ ਆਏ ਉਹ ਮੇਰੀ ਉਂਗਲ ਫੜਦੇ ਆ ਅਤੇ ਕਹਿੰਦੀ ਮੈਨੂੰ ਲੈ ਕੇ ਸਕੂਲ ਤੁਰ ਪੈਂਦੇ ਹੈ ਨਾ ਚੱਲ ਕਹਿੰਦੇ ਪੁੱਤ ਤੈਨੂੰ ਮੈਂ ਸਕੂਲ ਛੱਡ ਕੇ ਆਵਾਂ ਨਾ ਹੁਣ ਉਹਦੀ ਇੱਛਾ ਸੀ ਨਾ ਸਾਰਿਆਂ ਦੇ ਡੈਡੀ ਸਕੂਲ ਛੱਡਣ ਜਾਂਦੇ ਆ ਪਰ ਮੇਰਾ ਡੈਡੀ ਕਿਉਂ ਨਹੀਂ ਜਾਂਦਾ ਹੁਣ ਬਾਬਾ ਜੀ ਉਸ ਲੜਕੀ ਦੇ ਪਿਤਾ ਬਣ ਜਾਂਦੇ ਹੈ ਨਾ ਹੁਣ ਸਕੂਲ ਛੱਡਣ ਜਾਂਦੇ ਆ ਅਤੇ ਉਹਨੂੰ ਨਾਲੇ 20 ਪਾਉਂਡ ਦਿੰਦੇ ਆ ਅਤੇ ਉਹਨੂੰ ਸਕੂਲ ਦੇ ਅੰਦਰ ਲੈ ਜਾਂਦੇ ਆ ਉਹ ਕਹਿੰਦੀ ਪਾਪਾ ਤੁਸੀਂ ਇੱਥੋਂ ਹੀ ਮੁੜ ਜਾਓ ਹੈ ਨਾ ਕਿ ਸਕੂਲ ਦੇ ਬਾਹਰੋਂ ਹੀ ਸਾਰੇ ਅੰਗਰੇਜ਼ ਜਿੰਨੇ ਹੈ ਨਾ ਬਾਹਰੋਂ ਹੀ ਬੱਚਿਆਂ ਨੂੰ ਛੱਡ ਕੇ ਚੱਲ ਜਾਂਦੇ ਆ ਉਹ ਕਹਿੰਦੇ ਪੁੱਤ ਹਜੇ ਟਾਈਮ ਹੈਗਾ ਸਕੂਲ ਤੋਂ ਪਹਿਲਾਂ ਹੀ ਪਾਏ ਹਾਂ ਚੱਲ ਤੈਨੂੰ ਮੈਂ ਅੰਦਰ ਕਲਾਸ ਵਿੱਚ ਬਿਠਾਲ ਕੇ ਆਊਂਗਾ ਜਦੋਂ ਕਲਾਸ ਵਿੱਚ ਬਿਠਾਲਦੇ ਬਾਬਾ ਜੀ ਉਹਨੂੰ ਅਤੇ ਉਹ ਜਿਹੜੀ ਲੜਕੀ ਹੁੰਦੀ ਆ ਆਪਣੇ ਡੈਸਕ 'ਤੇ ਬਹਿ ਜਾਂਦੀ ਆ ਅਤੇ ਹੁਣ ਲੜਕੀ ਜਿਹੜੀ ਇੰਗਲਿਸ਼ ਬੋਲਦੀ ਹੁੰਦੀ ਆ ਉਹ ਬੱਚੀ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਉਹਦਾ ਬਾਬਾ ਜੀ ਨੇ ਇੰਨਾ ਪ੍ਰੇਮ ਹੁੰਦਾ ਹੁੰਦੇ ਤਾਂ ਭਗਵਾਨ ਹੀ ਆ ਪਰ ਰੂਪ ਹੀ ਸਾਡਾ ਧਾਰਨ ਕੀਤਾ ਹੁੰਦਾ ਅਤੇ ਬਾਬਾ ਜੀ ਡੈਸਕ ਦੇ ਉੱਤੇ ਬਹਿ ਜਾਂਦੇ ਆ ਉਹ ਬੱਚੀ ਕਹੀ ਜਾਂਦੀ ਆ ਪਾਪਾ ਹੁਣ ਤੁਸੀਂ ਘਰ ਨੂੰ ਚੱਲ ਜਾਓ ਘਰ ਨੂੰ ਚੱਲ ਜਾਓ ਭਾਵੇਂ ਬਾਬਾ ਜੀ ਉਹਨੂੰ ਕਹਿੰਦੇ ਆ ਕਿ ਪੁੱਤ ਤੂੰ ਉਦਾਸ ਨਾ ਹੋ ਉਹ ਕਹਿੰਦੀ ਨਹੀਂ ਪਾਪਾ ਤੁਸੀਂ ਘਰ ਨੂੰ ਚੱਲ ਜਾਓ ਕਿ ਟੀਚਰਾਂ ਨੇ ਦੇਖ ਲੈਣਾ ਮੇਰੇ ਸਕੂਲ ਦੇ ਜਿਹੜੇ ਬੱਚੇ ਹੈ ਨਾ ਨਾਲ ਪੜ੍ਹਦੇ ਉਹਨਾਂ ਨੇ ਇੱਦਾਂ ਗੁੱਸੇ ਹੋਣਾ ਸਾਰਿਆਂ ਦੇ ਡੈਡੀ ਬਾਹਰੋਂ ਛੱਡ ਕੇ ਮੁੜ ਜਾਂਦੇ ਆ ਉਹ ਕਹਿੰਦੇ ਨਹੀਂ ਪੁੱਤ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ ਮੈਂ ਤੇਰੇ ਨਾਲ ਖੇਲਣਾ ਵੀ ਤੇਰੇ ਨਾਲ ਹੀ ਰਹਿਣਾ ਉਹ ਕਹਿੰਦੀ ਤੁਹਾਨੂੰ ਦੂਸਰਿਆਂ ਨੇ ਦੇਖ ਲੈਣਾ ਜਦੋਂ ਕਲਾਸ ਲੱਗੂਗੀ ਫਿਰ ਬਾਬਾ ਜੀ ਉਹਨੂੰ ਕਹਿੰਦੇ ਨਾ ਤਾਂ ਮੈਨੂੰ ਕੋਈ ਦੇਖ ਸਕਦਾ ਨਾ ਕੋਈ ਮੈਨੂੰ ਸੁਣ ਸਕਦਾ ਤੂੰ ਮੇਰੀ ਸੱਚੀ ਧੀ ਆ ਤੂੰ ਹੀ ਮੈਨੂੰ ਦੇਖ ਸਕਦੇ ਹਾਂ ਤੂੰ ਹੀ ਮੈਨੂੰ ਸੁਣ ਸਕਦੇ ਹਾਂ ਨਾਲੇ ਬਾਬਾ ਜੀ ਉਹਨੂੰ ਪੈਸੇ ਦਿੰਦੇ ਆ ਨਾਲੇ ਉਹਦੇ ਨਾਲ ਸਕੂਲ 'ਚ ਖੇਲਦੇ ਆ ਬਾਬਾ ਜੀ ਸਰਵ ਕਲਾ ਸੰਪੂਰਨ ਨਾਲ ਕੁਛ ਵੀ ਕਰ ਸਕਦੇ ਆ ਪਰ ਭਗਤ ਦੀ ਭਗਤੀ ਸੱਚੀ ਹੋਵੇ ਉਹ ਬੱਚੀ ਦੀ ਉਮਰ ਬਹੁਤ ਛੋਟੀ ਸੀ ਇੱਦਾਂ ਸਮੇਂ ਸਮੇਂ ਅਨੁਸਾਰ ਬਾਬਾ ਜੀ ਆਪਣੇ ਭਗਤਾਂ ਦੇ ਨਾਲ ਨਾਲ ਰਹਿੰਦੇ ਆ ਫਿਰ ਉਸੇ ਦਿਨ ਜਦੋਂ ਸੁੱਤੀ ਉੱਠਦੀ ਉਹ ਆਪਣੇ ਮੰਮੀ ਨੂੰ ਆਪਣਾ ਸੁਪਨਾ ਸੁਣਾਉਂਦੀ ਕਿ ਜੋਗੀ ਪਾਪਾ ਮੇਰੇ ਦੇ ਸੁਪਨੇ ਵਿੱਚ ਆਏ ਬਹੁਤ ਹੈਪੀ ਹੋ ਜਾਂਦੀ ਅੱਜ ਤੋਂ ਕਹਿੰਦੀ ਮੇਰੇ ਪਿਤਾ ਹੀ ਉਹ ਆ ਅੱਜ ਵੀ ਸਾਨੂੰ ਬੇਟੀ ਪਾਪਾ ਪਾਪਾ ਹੀ ਕਹਿੰਦੀ ਹੈ ਅਤੇ ਜਦੋਂ ਵੀ ਅਰਦਾਸ ਹੋਏ ਸਾਨੂੰ ਫੋਨ ਕਰਦੀ ਹੈ ਉਸ ਦਿਨ ਗੁਰਪੁੰਨਿਆ ਸੀ ਅਤੇ ਉਹਦੀ ਮੰਮੀ ਖੁਸ਼ੀ ਖੁਸ਼ੀ ਆਪਣਾ ਹੁਣ ਸੁਪਨਾ ਸੁਣਾਉਣ ਸਾਨੂੰ ਬਰਮਿੰਘਮ ਆਉਂਦੀ ਹੈ ਬੱਸ ਵਿੱਚ ਬੈਠਦੀਆਂ ਮਾਵਾਂ ਧੀਆਂ ਅਤੇ ਉਹਨੇ ਦੇਖਿਆ ਕਿ ਜੋਗੀ ਭਾਅ ਜੀ ਮੰਦਰ ਵਿੱਚ ਅਸ ਇੰਗਲੈਂਡ ਵਾਲੇ ਪਰ ਅਸੀਂ ਉਸ ਮੰਦਰ ਵਿੱਚ ਨਹੀਂ ਸੀਗੇ ਅਸੀਂ ਕਿਤੇ ਹੋਰ ਗਏ ਹੋਏ ਸੀ ਦੂਰ ਜਦੋਂ ਮੰਦਰ ਵਿੱਚ ਆ ਜਾਂਦੀ ਹੈ ਤਾਂ ਉਹ ਕਹਿੰਦੀ ਕਿ ਭਾਅ ਜੀ ਫੋਨ ਕਰਦੀ ਹੈ ਨਾ ਹੁਣ ਸਾਨੂੰ ਮੰਦਰ ਵਿੱਚ ਆ ਗਈ ਆਪਣੀ ਬੇਟੀ ਲੈ ਕੇ ਉਹਨੇ ਸੁਪਨਾ ਸੁਣਾਉਣਾ ਸੀ ਉਹ ਉੱਦਣ ਗੁਰਪੁੰਨਿਆ ਵੀ ਹੁੰਦੀ ਆ ਪਰ ਅਸੀਂ ਕਿਸੇ ਨੂੰ ਨਾਮਦਾਨ ਹੀ ਨਹੀਂ ਦਿੱਤਾ 10 ਸਾਲ ਪਰ ਜਦੋਂ ਹੁਣ ਉਹ ਬੇਟੀ ਮਾਮਾ ਧੀਆਂ ਦੋਨੇ ਜਾਣੀਆਂ ਇੰਗਲੈਂਡ ਵਾਲੇ ਮੰਦਰ ਵਿੱਚ ਆਉਂਦੀਆਂ ਅਤੇ ਸਾਨੂੰ ਫੋਨ ਕਰਦੀਆਂ ਕਹਿੰਦੀਆਂ ਇਹ ਹੋਰ ਵੀ ਭਗਤ ਇਕੱਠੇ ਹੋਏ ਹੁੰਦੇ ਆ ਉਹ ਸਾਰੇ ਕਹਿੰਦੇ ਆ ਕਿ ਅੱਜ ਹੈ ਨਾ
ਤੁਸੀਂ ਮੰਦਰ ਵਾਪਸ ਆ ਜਾਓ ਹੈ ਨਾ। ਤਾਂ ਮੈਂ ਕਿਹਾ ਮੈਂ ਨਹੀਂ ਆਉਣਾ ਕਿ ਮੈਂ ਤਾਂ ਘੁੰਮਣ ਆਇਆ ਕਿ ਮੈਨੂੰ ਹੁਣ ਘੁੰਮ ਫਿਰ ਲੈਂਦਾ। ਮੈਂ ਇੱਥੇ ਇੰਡੀਆ ਹਰ ਰੋਜ਼ ਐਤਵਾਰ ਬੈਠਦਾ ਹੀ ਹਾਂ ਕਿ ਮੈਂ ਹੁਣ ਘੁੰਮਣ ਆਇਆ। ਮੈਂ ਕਿਤੇ ਹੋਰ ਇੱਕ ਸੰਤਾਂ ਦੀ ਜਗ੍ਹਾ ਸੀ, ਮੈਂ ਉੱਥੇ ਦੇਖਣ ਜਾਣਾ ਸੀ। ਪਰ ਉਹ ਕਹਿੰਦੇ ਨਹੀਂ ਤੁਸੀਂ ਵਾਪਸ ਆਓ, ਵਾਪਸ ਆਓ। ਮੈਂ ਗੱਲ ਕੀ ਆ, ਅਤੇ ਉਹ ਜਿੱਦਾਂ ਕਹਿੰਦੇ ਤੁਸੀਂ ਵਾਪਸ ਆ ਜਾਓ, ਅੱਜ ਗੁਰਪੁੰਨਿਆ ਹੈ ਨਾ। ਤਾਂ ਮੈਂ ਕਿਹਾ ਫਿਰ, ਕਹਿੰਦੇ ਗੁਰਪੁੰਨਿਆ ਮਨਾਉਣੀ ਆ। ਮੈਂ ਕਿਹਾ ਫਿਰ ਮਨਾਓ ਤੁਸੀਂ, ਇਹ 'ਚ ਸਾਡਾ ਕੀ ਰੋਲ ਹੈ ਨਾ। ਕਹਿੰਦੇ ਨਹੀਂ, ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ। ਮੈਂ ਕਿਹਾ ਵੀ ਗੁਰੂ ਦਾ ਹੋਣਾ ਜ਼ਰੂਰੀ ਹੈ, ਵੀ ਤੁਸੀਂ ਗੁਰਪੁੰਨਿਆ ਮਨਾਓ। ਮੈਂ ਕਿਹਾ ਬਾਬਾ ਜੀ ਨੂੰ ਯਾਦ ਕਰੋ, ਬਾਬਾ ਜੀ ਸਾਡੇ ਗੁਰੂ ਆ। ਉਹ ਕਹਿੰਦੇ ਨਹੀਂ, ਤੁਸੀਂ ਸਾਡੇ ਗੁਰੂ ਆ, ਕਿ ਅਸੀਂ ਕਿਸੇ ਨਾਮ ਦਾ ਨਹੀਂ ਸੀ ਦਿੱਤਾ, ਨਾ ਨਾਮ ਭਜਨ ਦਾ ਸਾਨੂੰ ਕੁਛ ਪਤਾ ਹੀ ਨਹੀਂ। ਅਸੀਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਾਡੇ ਵਿੱਚ ਗੁਰੂ ਵਾਲੀ ਕੋਈ ਫੀਲਿੰਗ ਨਹੀਂ ਹੈਗੀ, ਕਿ ਤੁਸੀਂ ਗੁਰੂ ਪੁੰਨਿਆ ਆਪੇ ਹੀ ਮਨਾ ਲਓ। ਚਲੋ ਮੈਂ ਨਹੀਂ ਆਇਆ ਜੀ ਉਸ ਦਿਨ। ਸਮਾਂ ਪਿਆ ਰਾਤ, ਸ਼ਾਮ 2 ਘੰਟੇ ਵੀ, 4 ਘੰਟੇ ਵੀ, ਰਾਤ ਨੂੰ ਅਸੀਂ ਵਾਪਸ ਆ ਗਏ ਮੰਦਰ। ਜਦੋਂ ਮੰਦਰ ਵਿੱਚ ਮੈਂ ਆ ਕੇ ਸੁੱਤਾ, ਜਿੱਦਾਂ ਹੀ ਸੁੱਤਾ ਤਾਂ ਕੁਛ ਹੀ ਟਾਈਮ ਬਾਅਦ ਬਾਬਾ ਜੀ ਆ ਗਏ। ਬਾਬਾ ਜੀ ਕਹਿੰਦੇ ਕਿ ਭਗਤ ਤੁਹਾਨੂੰ ਗੁਰੂ ਮੰਨਦੇ ਦਿਲੋਂ। ਬਾਬਾ ਜੀ ਕਹਿੰਦੇ ਜ਼ਰੂਰੀ ਨਹੀਂ ਕਿ ਨਾਮ ਭਜਨ ਲਿਆ, ਇਹ ਤੁਹਾਨੂੰ ਦਿਲੋਂ ਪਿਆਰ ਕਰਦੇ ਇੰਨੀ ਸੰਗਤ। ਦੇਖੋ 10 ਸਾਲ ਤੋਂ ਤੁਹਾਨੂੰ ਇਹਨਾਂ ਨੇ ਛੱਡਿਆ ਨਹੀਂ, ਅਤੇ ਤੁਸੀਂ ਇਹਨਾਂ ਨੂੰ ਨਾਮ ਭਜਨ ਦਿਓ ਸਾਡਾ, ਤਾਂ ਜੋ ਇਹਨਾਂ ਦੀ ਮੁਕਤੀ ਹੋਵੇ, ਇਹ ਭਵ ਸਾਗਰ ਪਾਰ ਚਲੇ ਜਾਣ। ਪਰ ਬਾਬਾ ਜੀ ਕਹਿੰਦੇ ਦੇਖੋ, ਇਹ ਭਗਤ ਤੁਹਾਨੂੰ ਪੂਰਾ ਸਾਲ ਕੋਈ ਟਿਕਟਾਂ ਲਾਉਂਦਾ, ਤੁਹਾਨੂੰ ਕੋਈ ਬੂਟ ਲੈ ਕੇ ਦਿੰਦਾ, ਕੋਈ ਜਰਾਬਾਂ ਲੈ ਕੇ ਦਿੰਦਾ, ਕੋਈ ਕੱਪੜਾ ਦਿੰਦਾ ਆ, ਕੋਈ ਚੀਜ਼ਾਂ ਦਿੰਦਾ, ਤੁਹਾਡੇ ਨਾਲ ਪਿਆਰ ਕਰਦੇ ਆ। ਬਾਬਾ ਜੀ ਕਹਿੰਦੇ ਸਾਡਾ ਭਵਨ ਸਲੇਰਨ ਧਾਮ ਬਣਾਉਣ 'ਚ 10 ਸਾਲ ਤੋਂ ਇਹਨਾਂ ਨੇ ਸਹਿਯੋਗ ਦਿੱਤਾ, ਬਿਨਾਂ ਪੈਸਿਆਂ ਤੋਂ ਕਹਿੰਦੇ ਚੱਕਰੀ ਕਰਦੇ ਆ। ਕਹਿੰਦੇ ਬਾਬਾ ਜੀ ਕਹਿੰਦੇ ਜਿੱਦਾਂ ਅਸੀਂ ਮਾਂ ਰਤਨ ਦੀ ਗਊਆਂ ਚਾਰੀਆਂ ਬਿਨ ਤਨਖਾਹੋਂ, ਕਹਿੰਦੇ ਇੱਦਾਂ ਹੀ ਸਲੇਰਨ ਧਾਮ ਕੋਈ ਵੀ ਭਗਤ ਪੈਸਾ ਨਹੀਂ ਲੈਂਦਾ ਹੈ ਨਾ। ਜਿੰਨੇ ਵੀ ਮਿਸਤਰੀ ਆ, ਦਿਹਾੜੀ ਕਰਦੇ ਆ ਜਾਂ ਸੇਵਾ ਕਰਦੇ ਆ, ਨਾ ਕੋਈ ਮਿਸਤਰੀ ਨਾ ਕੋਈ ਦਿਹਾੜੀਦਾਰ ਆ, ਸਾਰੇ ਭਗਤ ਅਪਣਾ ਰਹੇ ਬਾਬਾ ਜੀ ਦਾ ਸਲੇਰਨ ਧਾਮ। ਵੱਖਰੀ ਸ਼ਾਨ ਆ ਸਲੇਰਨ ਧਾਮ ਦੀ। ਅਤੇ ਬਾਬਾ ਜੀ ਕਹਿੰਦੇ ਇੱਕ ਸਾਲ ਪੂਰਾ ਸਾਲ ਤੁਹਾਨੂੰ ਕੁਛ ਨਾ ਕੋਈ ਚੀਜ਼ਾਂ ਦਿੰਦੇ ਕਿਸੇ ਨਾ ਕਿਸੇ ਰੂਪ ਵਿੱਚ, ਨਾਲ ਸੇਵਾ ਦਿੰਦੇ ਆ। ਅਤੇ ਬਾਬਾ ਜੀ ਕਹਿੰਦੇ ਗੁਰੂ ਪੁੰਨਿਆ ਦਾ ਮਤਲਬ ਆ ਗੁਰੂ ਪੁੰਨ ਕਰਮ ਕਰੇ, ਗੁਰੂ ਪੁੰਨਿਆ, ਗੁਰੂ ਪੁੰਨ ਕਰਮ ਕਰੇ। ਬਾਬਾ ਜੀ ਕਹਿੰਦੇ ਹੁਣ ਤੋਂ ਤੁਸੀਂ ਇਹਨਾਂ ਨੂੰ ਅਗਲਾ ਐਤਵਾਰ ਨੂੰ ਜਿਹੜਾ ਜੇਠਾ ਐਤਵਾਰ ਆਊਗਾ, ਉੱਦਣ ਤੁਸੀਂ ਇਹਨਾਂ ਨਾਮ ਭਜਨ ਦੇਣਾ, ਅਤੇ ਨਾਲੇ ਤੁਸੀਂ ਗੁਰੂ ਬਣ ਜਾਣਾ ਇਹਨਾਂ ਦੇ ਹੁਣ। ਤੁਸੀਂ ਪੁੰਨ ਕਰਮ ਕਰਨਾ, ਜਦੋਂ ਗੁਰੂ ਪੁੰਨਿਆ ਹੋਊਗੀ ਇਹਨਾਂ ਤੋਂ ਕੋਈ ਗਿਫਟ ਆਦਿ ਨਾ ਲਿਓ, ਕਿਉਂਕਿ ਪੂਰਾ ਸਾਲ ਤੁਹਾਨੂੰ ਇਹਨੇ ਕਿਸੇ ਨੇ ਜਰਾਬਾਂ ਦਿੱਤੀਆਂ, ਕਿਸੇ ਨੇ ਬੂਟ ਦਿੱਤੇ, ਕਿਸੇ ਨੇ ਇੰਗਲੈਂਡ ਦੀਆਂ ਟਿਕਟਾਂ ਦਿੱਤੀਆਂ, ਕਿਸੇ ਨੇ ਕੁਛ ਦਿੱਤਾ, ਕਿਸੇ ਨੇ ਕੁਛ ਦਿੱਤਾ। ਬਾਬਾ ਜੀ ਕਹਿੰਦੇ ਸਾਡਾ ਭਵਨ ਬਣਾਉਣ 'ਚ ਇਹਨਾਂ ਸਹਿਯੋਗ ਦਿੱਤਾ, ਅੱਜ ਤੋਂ ਤੁਸੀਂ ਇੱਕ ਪ੍ਰਣ ਕਰ ਲਓ, ਜਦੋਂ ਵੀ ਗੁਰੂ ਪੁੰਨਿਆ ਹੋਵੇ ਇਹਨਾਂ ਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਖਿਲਾਇਓ, ਤਾਂ ਜੋ ਤੁਸੀਂ ਵੀ ਮੁਕਤ ਹੋ ਜਾਓ। ਬਾਬਾ ਜੀ ਕਹਿੰਦੇ ਦਾਨ ਵਿੱਚੋਂ ਹੀ ਦਾਨ ਕਰ ਦਿਓ, ਅਸਲ ਗੁਰੂ ਪੁੰਨਿਆ ਇਹਨੂੰ ਕਹਿੰਦੇ ਆ। ਗੁਰੂ ਪੁੰਨ ਕਰਮ ਕਰੇ ਮਤਲਬ ਇਹਦਾ ਇਹ ਆ, ਇਹ ਨਹੀਂ ਹੈਗਾ ਕਿ ਸ਼ੇਸ਼ ਪੁੰਨ ਕਰਮ ਕਰੇ। ਬਾਕੀ ਮੈਂ ਦੇਖਿਆ ਬਾਬਾ ਜੀ ਲਾਈਨ ਵਿੱਚ, ਜਦੋਂ ਅਸੀਂ ਗੁਰੂ ਪੁੰਨਿਆ ਮਨਾਉਣੀ ਸ਼ੁਰੂ ਕੀਤੀ, ਕਈ ਹੋਰ ਬਾਬਾ ਜੀ ਲਾਈਨ 'ਚ ਸਾਧੂ ਸੰਤਾਂ ਨਾਲ ਮੁਲਾਕਾਤ ਹੋਈ, ਕਈਆਂ ਦੇ ਸ਼ਿਸ਼ਾਂ ਨੇ ਸਾਨੂੰ ਦੱਸਿਆ, ਉਹ ਕਹਿੰਦੇ ਸਾਡੇ ਗੁਰੂ ਕਹੀ ਜਾਂਦੇ ਆ ਜੀ, ਅਸੀਂ ਤੁਹਾਨੂੰ ਸਾਰਾ ਸਾਲ ਦਿੰਦੇ ਹਾਂ, ਗੁਰੂ ਪੁੰਨਿਆ ਵਾਲੇ ਦਿਨ ਵੀ ਸਾਨੂੰ ਗਿਫਟ ਦਿਓ, ਵਧੀਆ ਵਧੀਆ ਚੀਜ਼ਾਂ ਦਿਓ। ਨਹੀਂ, ਹੁਣ ਤੁਸੀਂ ਸਵੈਮ ਵਿਚਾਰ ਕਰਨਾ, ਬਾਬਾ ਜੀ ਸਹੀ ਕਹਿੰਦੇ ਆ, ਬਾਬਾ ਜੀ ਅਸਲ 'ਚ ਸੱਚ ਬਾਬਾ ਜੀ ਨੇ ਕਿਹਾ ਸਾਨੂੰ, ਭਾਵੇਂ ਸੁਪਨੇ ਵਿੱਚ ਹੀ ਆ ਕੇ ਕਿਹਾ ਬਾਬਾ ਜੀ ਨੇ। ਅਸੀਂ ਉਦੋਂ ਤੋਂ ਹੀ ਗੁਰੂ ਪੁੰਨਿਆ ਵਾਲੇ ਦਿਨ ਸੋਹਣੇ ਸੋਹਣੇ ਲੰਗਰ ਲਾਈਦੇ ਆ, ਭਗਤਾਂ ਨੂੰ ਖੁਸ਼ ਕਰੀਦਾ ਆ, ਕਿਸੇ ਤੋਂ ਕੋਈ ਗਿਫਟ ਆਦਿ ਨਹੀਂ ਲਿਆ ਜਾਂਦਾ। ਇਸੇ ਹੀ ਬਾਬਾ ਜੀ ਦੀ ਕਿਰਪਾ ਕਰਕੇ ਉੱਥੇ 24 ਘੰਟੇ ਲੰਗਰ ਚੱਲਦਾ, ਰਾਤ ਦਿਨ ਲੰਗਰ ਚੱਲੀ ਜਾਂਦਾ, ਚਾਹਾਂ ਮਿਲੀ ਜਾਂਦੀਆਂ। ਜਿਹੜੇ ਜਿਹੜੇ ਬਾਬਾ ਜੀ ਸੱਚੇ ਭਗਤ ਹੁੰਦੇ ਆ, ਉਹ ਪੁੰਨ ਕਰਮ ਕਰਦੇ ਆ, ਗੁਰੂ ਪੁੰਨ ਕਰਮ। ਇਸ ਕਰਕੇ ਗੁਰੂ ਪੁੰਨਿਆ ਵਾਲੇ ਦਿਨ ਆ ਕੇ ਤੁਸੀਂ ਕਿਸੇ ਨੇ ਵੀ ਸਲੇਰਨ ਧਾਮ ਜਿੰਨੇ ਵੀ ਭਗਤ ਆਉਂਦੇ ਆ, ਕਿਸੇ ਨੇ ਵੀ ਕੋਈ ਗਿਫਟ ਆਦਿ ਨਹੀਂ ਲੈ ਕੇ ਆਉਣਾ, ਕਿਸੇ ਚੀਜ਼ ਦੀ ਲੋੜ ਨਹੀਂ, ਤੁਹਾਡੇ ਪਿਆਰ ਦੀ ਲੋੜ ਆ। ਆਪਾਂ ਸਾਰੇ ਜਣੇ ਰਲ ਕੇ ਬਾਬਾ ਜੀ ਦਾ ਭਵਨ ਬਣਾਉਣਾ, ਸਾਰੇ ਅਸੀਂ ਬਾਬਾ ਜੀ ਦੇ ਭਗਤ ਹਾਂ। ਕਿਸੇ ਨੇ ਕ੍ਰੋਧ ਨਹੀਂ ਕਰਨਾ, ਲੜਾਈ ਝਗੜਾ ਨਹੀਂ ਕਰਨਾ, ਸਾਰਿਆਂ ਨੇ ਪ੍ਰੇਮ ਕਰਨਾ, ਪੁੰਨ ਕਰਮ ਕਮਾਉਣੇ ਆ। ਮੈਂ ਤੁਹਾਡੀ ਸੇਵਾ ਕਰੂੰਗਾ, ਮੈਂ ਤੁਹਾਨੂੰ ਲੰਗਰ ਛਕਾਉਂਗਾ, ਵਧੀਆ ਵਧੀਆ ਖਾਣੇ ਖਵਾਉਂਗਾ। ਬੋਲ ਸੱਚੇ ਦਰਬਾਰ ਕੀ ਜੈ, ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ।